ਇਟਸ ਯੂਅਰ ਬੋਡੀ ਹੋਲੀ ਬਾਬਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇ ਜੀ ਬੋਡੀ ਹੋਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ, ਬਹੁਤ ਸਾਰੇ ਲੋਕ ਅਕਸਰ ਇਹ ਸਵਾਲ ਕਰਦੇ ਰਹਿੰਦੇ ਸੀ ਕਿ ਗਿੱਪੀ ਗਰੇਵਾਲ ਤੇ ਦਲਜੀਤ ਦੋਸਾਂਝ ਇਕੱਠੇ ਮੂਵੀ ਕਿਉਂ ਨਹੀਂ ਕਰਦੇ, ਕਿਉਂਕਿ ਉਹਨਾਂ ਦੀ ਸਭ ਤੋਂ ਪਹਿਲਾਂ ਇੱਕ ਮੂਵੀ ਆਈ ਸੀ ਜਿਹਨੇ ਮੇਰਾ ਦਿਲ ਲੁੱਟਿਆ। ਉਸ ਵਿੱਚ ਦਲਜੀਤ ਦੋਸਾਂਝ ਤੇ ਗਿੱਪੀ ਗਰੇਵਾਲ ਨੇ ਇਕੱਠਿਆਂ ਕੰਮ ਕੀਤਾ ਸੀ, ਜਿਸ ਮੂਵੀ ਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ ਸੀ। ਪਰ ਦੋਸਤੋ, ਉਸ ਫਿਲਮ ਤੋਂ ਬਾਅਦ ਗਿੱਪੀ ਗਰੇਵਾਲ ਤੇ ਦਲਜੀਤ ਦੋਸਾਂਝ ਨੇ ਕਦੇ ਵੀ ਕੰਮ ਨਹੀਂ ਕੀਤਾ। ਸੋ ਬਹੁਤ ਸਾਰੇ ਦਰਸ਼ਕਾਂ ਦੇ ਮਨ ਵਿੱਚ ਇਹ ਸਵਾਲ ਵੀ ਸੀ ਕਿ ਕੀ ਕਾਰਨ ਹੈ ਦੋਨੋਂ ਮੂਵੀ ਇਕੱਠੇ ਕਿਉਂ ਨਹੀਂ ਕਰਦੇ, ਕੀ ਇਹਨਾਂ ਦੀ ਆਪਸ ਵਿੱਚ ਨਹੀਂ ਬਣਦੀ ਜਾਂ ਕੋਈ ਇਹਨਾਂ ਦਾ ਆਪਸ ਵਿੱਚ ਕੋਈ ਰੌਲਾ। ਤਾਂ ਦੋਸਤੋ, ਹੁਣ ਗਿੱਪੀ ਗਰੇਵਾਲ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਇਹ ਖੁਲਾਸਾ ਕੀਤਾ ਕਿ ਮੇਰਾ ਦਲਜੀਤ ਦੋਸਾਂਝ ਨਾਲ ਕਿਸੇ ਵੀ ਤਰ੍ਹਾਂ ਦਾ ਰੌਲਾ ਨਹੀਂ, ਜੇਕਰ ਉਹਨਾਂ ਨੂੰ ਉਹਨਾਂ ਦੇ ਲੈਵਲ ਦੀ ਕੋਈ ਮੂਵੀ ਮਿਲਦੀ ਆ ਤਾਂ ਉਹ ਦੋਵੇਂ ਮਿਲ ਕੇ ਜ਼ਰੂਰ ਕੰਮ ਕਰਨਗੇ। ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਗਿੱਪੀ ਗਰੇਵਾਲ ਤੇ ਦਲਜੀਤ ਦੋਸਾਂਝ ਅਸੀਂ ਇੱਕ ਮੂਵੀ ਵਿੱਚ ਕੰਮ ਕਰੀਏ ਤਾਂ ਉਸ ਮੂਵੀ ਦਾ ਲੈਵਲ ਬਹੁਤ ਵੱਡਾ ਹੋਣਾ ਚਾਹੀਦਾ, ਕਿਉਂਕਿ ਦੋਨੋਂ ਹੀ ਪੰਜਾਬ ਦੇ ਸੁਪਰ ਸਟਾਰ ਆ। ਅਤੇ ਦਲਜੀਤ ਦੀ ਜੇ ਆਪਾਂ ਗੱਲ ਕਰੀਏ ਤਾਂ ਦਲਜੀਤ ਦਾ ਤਾਂ ਹੁਣ ਬਾਲੀਵੁੱਡ ਵਿੱਚ ਵੀ ਵੱਡਾ ਨਾਮ ਆ। ਸੋ ਗਿੱਪੀ ਗਰੇਵਾਲ ਨੇ ਇਸ ਗੱਲ ਨੂੰ ਕਲੀਅਰ ਕਰਕੇ ਲੋਕਾਂ ਦੇ ਜਿਹੜੇ ਮਨ ਦੇ ਵਿੱਚ ਡਾਊਟ ਸੀ ਉਸ ਨੂੰ ਬਿਲਕੁਲ ਕਲੀਅਰ ਕਰਤਾ ਕਿ ਦਲਜੀਤ ਦੋਸਾਂਝ ਅਤੇ ਗਿੱਪੀ ਗਰੇਵਾਲ ਦਾ ਆਪਸ ਵਿੱਚ ਕੋਈ ਰੌਲਾ ਨਹੀਂ, ਜੇਕਰ ਉਹਨਾਂ ਨੂੰ ਇੱਕ ਵਧੀਆ ਚੰਗੇ ਬਜਟ ਦੀ ਮੂਵੀ ਮਿਲਦੀ ਆ ਤਾਂ ਉਸ ਵਿੱਚ ਉਹ ਜ਼ਰੂਰ ਕੰਮ ਕਰਨਗੇ। ਅਤੇ ਦੋਸਤੋ, ਮੈਨੂੰ ਉਮੀਦ ਆ ਕਿ ਬਹੁਤ ਹੀ ਜਲਦ ਇਹੋ ਜਿਹੀ ਮੂਵੀ ਮਿਲੂਗੀ ਜਿਸ ਵਿੱਚ ਗਿੱਪੀ ਗਰੇਵਾਲ ਅਤੇ ਦਲਜੀਤ ਦੋਸਾਂਝ ਦੋਨੋਂ ਇਕੱਠੇ ਕੰਮ ਕਰਨਗੇ ਅਤੇ ਉਸ ਮੂਵੀ ਨੂੰ ਦਰਸ਼ਕ ਜ਼ਰੂਰ ਪਸੰਦ ਕਰਨਗੇ। ਸੋ ਦੋਸਤੋ, ਇਸ ਵੀਡੀਓ ਵਿੱਚ ਇੰਨਾ ਹੀ। ਮੈਨੂੰ ਉਮੀਦ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਜੇ ਦੋਸਤੋ ਵੀਡੀਓ ਵਧੀਆ ਲੱਗੀ ਤੇ ਤੁਸੀਂ ਗਿੱਪੀ ਗਰੇਵਾਲ ਤੇ ਦਲਜੀਤ ਦੋਸਾਂਝ ਦੇ ਫੈਨ ਹੋ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰੋ। ਤੇ ਦੋਸਤੋ, ਨਾਲ ਦੀ ਨਾਲ ਇਸ ਵੀਡੀਓ ਦੇ ਹੇਠਾਂ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਕਿ ਤੁਸੀਂ ਗਿੱਪੀ ਗਰੇਵਾਲ ਤੇ ਦਲਜੀਤ ਦੋਸਾਂਝ ਨੂੰ ਇੱਕ ਮੂਵੀ ਵਿੱਚ ਦੇਖਣਾ ਚਾਹੁੰਦੇ ਹੋ ਤੇ ਤੁਹਾਡਾ ਗਿੱਪੀ ਗਰੇਵਾਲ ਤੇ ਦਲਜੀਤ ਦੋਸਾਂਝ ਦੋਨਾਂ ਵਿੱਚੋਂ ਕਿਹੜਾ ਫੇਵਰੇਟ ਐਕਟਰ ਆ। ਤੇ ਦੋਸਤੋ, ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਿਓ। ਸੋ ਦੋਸਤੋ, ਅੰਤ ਵਿੱਚ ਮੈਂ ਤੁਹਾਨੂੰ ਇੱਕ ਰਿਕੁਐਸਟ ਹੋਰ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬਹੁਤ ਹੀ ਬਾਬਾ ਜੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਵਧੀਆ ਵਧੀਆ ਵੀਡੀਓ ਹਰ ਰੋਜ਼ ਵੇਖਣ ਲਈ ਆਪਣੇ ਚੈਨਲ ਨੂੰ ਇਸ ਵੀਡੀਓ ਦੇ ਹੇਠਾਂ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਨਾਲ ਆ ਰਹੇ ਬੈਲ ਦੇ ਬਟਨ 'ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਇੰਨੇ ਸ਼ਬਦਾਂ ਨਾਲ ਆਪਣੇ ਦੋਸਤ ਜਗਮੀਤ ਬਰਾੜ ਨੂੰ ਦਿਓ ਇਜਾਜ਼ਤ। ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਤੁਸੀਂ ਖੁਸ਼ ਰਹੋ, ਤੰਦਰੁਸਤ ਰਹੋ। ਸਤਿ ਸ਼੍ਰੀ ਅਕਾਲ ਜੀ।